ਵਿੱਚ ਜਦੋਂ ਅਸੀਂ ਲਿਆ ਲਿਆ ਸੀਗਾ, ਕਿਸੇ ਨੇ ਇਹਦੇ 'ਚ ਆਪਣੇ ਰੇਡੀਏਟਰ 'ਚ ਬੂਰਾ ਪਾਤਾ ਸੀਗਾ, ਇੱਥੇ ਇੱਥੇ ਘਰੇ ਸਾਡੇ ਸ਼ਰਾਰਤ ਕਰਤੀ ਸੀ ਕਿਸੇ ਬੰਦੇ ਨੇ ਸਪੈਸ਼ਲੀ, ਇਹ ਲਿਆਂਦਾ ਲਿਆਂਦਾ ਸੀਗਾ ਜੀ। ਦੇਖੋ ਹੁਣ ਜਦੋਂ ਹੱਥ ਹੀ ਰੱਖਣੇ ਪੈਂਦੇ ਨਾ ਘਰੇ, ਬੂਹਾ ਵੀ ਵੱਡਾ ਰੱਖਣਾ ਪੈਂਦਾ ਹੈਗਾ। ਹੁਣ ਇਹ ਤਾਂ ਹੈ ਨੀ ਗਾ ਵੀ ਇਹਨੂੰ ਤਿਆਰ ਕਰਾਤਾ 10-11 ਲੱਖ ਲਾਤਾ ਤੇ ਉਦੋਂ ਬਾਅਦ ਰਿਪੇਅਰ ਨਹੀਂ ਹੋਈ, ਹੈ ਨਾ। ਰਿਪੇਅਰ ਹੁੰਦੀ ਹੈ ਜਦੋਂ ਤੁਸੀਂ ਕੋਈ ਚੰਗੀ ਚੀਜ਼ ਚਲਾਉਣੀ, ਉਹਦੀ ਰਿਪੇਅਰ ਹੈਗੀ ਹੈਗੀ ਹੈ ਜੀ। ਅਖੀਰ ਉਹਦੇ ਅੱਖ ਨੂੰ ਜਿਹੜਾ ਇਹਦੇ ਨਾਲ ਪਿਆਰ ਹੈ ਜਾਂ ਇਹਦੇ ਤੇ ਬਹਿ ਕੇ ਜਿਹੜੇ ਫੀਲ ਆਉਂਦਾ, ਹੈ ਨਾ, ਉਹ ਕਿਸੇ ਹੋਰ ਟਰੈਕਟਰ ਤੇ ਨਹੀਂ ਆਉਂਦਾ, ਹੈ ਨਾ। ਸਾਰੇ ਟਰੈਕਟਰ ਵੀ ਵੈਸੇ ਵੇਖ ਲਏ, ਚਲਾ ਵੀ ਲਏ, ਜੋਨ ਡੀਅਰ ਵੀ ਚਲਾ ਲਿਆ, ਨਿਊ ਹੋਲੈਂਡ ਵੀ ਦੇਖ ਲਿਆ, ਹੈ ਨਾ। ਪਰ ਜਿਵੇਂ ਹੁਣ ਇਹ ਲੰਮਾ ਹੈ, ਐਡਾ ਲੰਬਾਈ ਕਹਿ ਲਓ, ਇੰਨਾ ਲੰਮਾ ਟਰੈਕਟਰ, ਲੰਮਾ ਟਰੈਕਟਰ ਕੋਈ ਅੱਜ ਦੇ ਟਾਈਮ ਪੰਜਾਬ 'ਚ ਵੈਸੇ ਆਉਂਦਾ ਨੀਗਾ। ਕੋਈ ਪਿੱਛੇ ਨੂੰ ਇਹ ਨੀ ਗਾ ਵੀ ਤੁਸੀਂ ਚਲਾ ਰਹੇ ਹੋ, ਤੁਹਾਡੇ ਪੈਰ ਮੱਚ ਰਹੇ ਆ, ਕੋਈ ਇੰਜਨ ਗਾਰਡ ਦੀ ਲੋੜ ਨਹੀਂ ਹੈਗੀ, ਹੈ ਨਾ। ਹਾਂ, ਤੇ ਠੇਕੇ ਦਾ ਬਾਈ, ਠੇਕੇ ਦਾ ਤੁਸੀਂ ਇਹ ਮੰਨ ਕੇ ਚੱਲੋ 86,500 ਤੋਂ ਸ਼ੁਰੂ ਹੋ ਗਏ, 1,01,000 ਤੱਕ ਹੈਗਾ, 1,00,000 ਤੱਕ ਜਾਂਦਾ। ਹਾਂ, 1,00,000 ਤੱਕ। ਤੇ ਤੁਹਾਡੇ, ਹਾਂਜੀ ਦੋਸਤੋ, ਆਪਾਂ ਉਹ ਟਰੈਕਟਰ ਕੋਲੇ ਖੜੇ ਹਾਂ ਤੇ ਬਾਈ ਕੋਲੇ ਵੀ ਖੜੇ ਹਾਂ, ਬਾਈ ਕਰਨ ਔਲਖ ਕੋਲੇ ਖੜੇ ਹਾਂ, ਖਾਨੇ ਕੀ ਢਾਬ ਜ਼ਿਲ੍ਹਾ ਬਾਈ ਇਹ ਪੈ ਜਾਂਦਾ ਹੈਗਾ, ਮੁਕਤਸਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ। ਇਹ ਉਹ ਟਰੈਕਟਰ ਆ ਜਿਹਤੋਂ ਬਾਈ ਦੀ ਮਤਲਬ ਪਹਿਚਾਣ ਬਣੀ ਹੈ ਟਰੈਕਟਰ ਤੋਂ, ਅਤੇ ਇੱਕ ਵੀਡੀਓ ਆਈ ਸੀਗੀ ਬਾਈ ਨੇ ਜਦੋਂ ਇੰਡੀਆ ਆਇਆ ਸੀਗਾ 14 ਸਾਲਾਂ ਬਾਅਦ, ਬਾਈ ਇੱਥੇ ਹੀ ਹੁਣ ਮਤਲਬ ਵਾਪਸ ਆ ਗਏ, ਹੈ ਨਾ, ਪੰਜਾਬ ਦੇ ਵਿੱਚ। ਉਦੋਂ ਆਪਦਾ ਜਿਹੜਾ ਜੱਦੀ ਟਰੈਕਟਰ ਆ ਲੱਭ ਕੇ ਤਿਆਰ ਕਰਵਾ ਕੇ ਘਰ ਗਿਫਟ ਕੀਤਾ ਸੀ ਆਪਦੇ ਬਾਪੂ ਨੂੰ, ਹੈ ਨਾ। ਅਤੇ ਮਿਲਾਉਣੇ ਬਾਈ ਕਰਨ ਨਾਲ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਆ? ਠੀਕ ਠਾਕ ਬਾਈ। ਜਿਵੇਂ ਮੈਂ ਗੱਲ ਕਹੀ ਆ ਬਈ ਪਹਿਚਾਣ, ਹਾਂਜੀ, ਨਾਟਕ ਯਾਰ, ਸਾਡੇ ਖਾਨਦਾਨ ਦੀ ਵੀ ਪਹਿਚਾਣ ਤੁਸੀਂ ਇਹ ਲਾ ਲਓ, ਜੜ ਲਾਉਣ ਵਾਲਾ ਵੀ ਇਹ, ਜੜ ਲਾਉਣ ਵਾਲਾ ਵੀ ਹੈ। ਪਰ ਇਹ ਲੱਭਿਆ ਫਿਰ ਬਾਈ, ਮਤਲਬ ਸੇਲ ਹੋ ਗਿਆ ਸੀ, ਲੱਭ ਕੇ ਲਿਆਂਦਾ ਫਿਰ? ਅਸਲ ਐਕਚੁਅਲ ਇਹਦੀ ਸਟੋਰੀ ਕੀ ਹੈ ਨਾ ਬਾਈ, ਵੀ ਇਹ ਤਾਇਆ ਜੀ ਨੂੰ ਵੰਡ 'ਚ ਆ ਗਿਆ ਸੀਗਾ। ਅੱਛਾ ਬਾਈ। ਜਦੋਂ ਆਪਣੇ ਮੇਰੇ ਫਾਦਰ ਦੀ ਦੇ ਤਾਇਆ ਜੀ ਦੀ ਸਾਡੀ ਵੰਡ ਹੋਈ ਸੀ ਜੀ, ਅਤੇ ਉਦੋਂ ਬਾਅਦ ਉਹਨਾਂ ਨੇ ਸੇਲ ਕਰਤਾ ਸੀਗਾ ਕਿਸੇ ਨੂੰ, ਫਿਰ ਜਿਹਨਾਂ ਨੂੰ ਸੇਲ ਕੀਤਾ ਸੀ ਉਹਨਾਂ ਤੋਂ ਮੈਂ ਲੈ ਕੇ ਤਿਆਰ ਕਰਵਾ ਕੇ ਆਪਦੇ ਫਾਦਰ ਨੂੰ ਆਪਦੇ ਬੇਟੇ ਦੇ ਬਰਥਡੇ 'ਤੇ 2021 'ਚ ਗਿਫਟ ਕੀਤਾ ਸੀਗਾ। ਉਹ ਮੈਂ ਸੀਨ ਦੇਖਿਆ ਬਈ ਜਦੋਂ ਤੁਸੀਂ ਇਹਦੇ ਵਿੱਚ ਹੀ ਬੈਠੇ ਸੀ। ਹਾਂ, ਇਹਦੇ ਤੇ ਤਰਪਾਲ ਲਾਈ ਸੀ ਅਸੀਂ, ਪ੍ਰੋਪਰ ਬੜਾ ਇਮੋਸ਼ਨਲ ਸੀਨ ਵੀ ਹੋ ਗਿਆ ਸੀ, ਹੈ ਨਾ, ਬਹੁਤ ਇਮੋਸ਼ਨਲ ਸੀ। ਉਹਦਾ ਕਾਰਨ ਕੀ ਸੀ ਕਿ ਘਰੇ ਕਿਸੇ ਨੂੰ ਪਤਾ ਨਹੀਂ ਸੀਗਾ ਕੀ ਆਉਣਾ, ਹਾਂ, ਤੇ ਨਾ ਹੀ ਕਿਸੇ ਨੂੰ ਇਹ ਪਤਾ ਸੀਗਾ ਕਿ ਕੋਵਿਡ ਚੱਲਦਾ ਸੀਗਾ ਵੀ ਮੈਂ ਆਉਣਾ ਜੀ, ਕਿਉਂਕਿ ਪਾਪਾ ਰਿਮੂਵ ਹੋ ਗਏ ਸੀ, ਘਰੇ ਕੰਮ ਚੱਲਦਾ ਸੀਗਾ, ਹੈ ਨਾ ਜੀ। ਤੇ ਮੈਂ ਘਰੇ ਇਸ ਪਾਸੇ ਹੀ ਗਿਆ ਸੀ, ਮੈਂ ਘਰੇ ਨਾ ਕੋਈ ਰੈੱਡ ਕਾਰਪੇਟ ਤੇ ਚੀਜ਼ ਆਊਗੀ ਆਪਣੇ, ਤੇ ਤੁਸੀਂ ਤਿਆਰ ਰਹੋ। ਮੈਂ ਕਿਹਾ ਉਹ ਪਾਪਾ ਨੂੰ ਇਹ ਸੀ ਕੋਈ ਚੀਜ਼ ਲਈ ਹੋਣੀ, ਕਾਰ ਜੀਪ ਲਈ ਹੋਣੀ, ਸ਼ਾਇਦ ਉਹ ਭੇਜਦਾ ਹੋਣਾ ਜਾਂ ਕੋਈ ਇਹਨੇ ਕੁਛ ਕੀਤਾ ਹੋਣਾ, ਹੈ ਨਾ ਜੀ ਜੀ ਜੀ। ਤੋ ਇਹ ਅਨਐਕਸਪੈਕਟਡ ਸੀਗਾ, ਨਾ ਕਿਸੇ ਨੂੰ ਪਤਾ ਜੀ ਟਰੈਕਟਰ ਲਿਆ ਤਿਆਰ ਹੋ ਰਿਹਾ, ਇਹ ਹੋ ਰਿਹਾ, ਕੋਈ ਚੀਜ਼ ਚੱਲ ਰਹੀ ਹੈ, ਹੈ ਨਾ। ਸੋ ਇਹ ਤਿਆਰ ਜੋ ਟਰੈਕਟਰ ਨੂੰ ਤਾਂ ਵੇਖਿਆ ਹੀ ਵੇਖਿਆ, ਦੋ ਗਿਫਟ ਹੋ ਗਏ ਸੀ। ਹਾਂ, ਉਹ ਜਦੋਂ ਮੈਂ ਨਿਕਲਿਆ ਕੱਪੜਾ ਖੋਲ ਕੇ, ਉਹ ਜਮਾਂ ਹੀ ਸਰਪ੍ਰਾਈਜ਼ ਸੀਗਾ ਵੀ ਮੈਂ, ਕੱਲ੍ਹ ਤਾਂ ਗੱਲ ਹੋਈ ਸੀ ਕੈਨੇਡਾ ਕੰਮ 'ਤੇ, ਹਾਂਜੀ, ਅਤੇ ਅੱਜ ਟਰੈਕਟਰ 'ਚ ਨਿਕਲਿਆ ਆਉਂਦਾ। ਕਿਆ ਬਾਤ ਹੈ! ਅਤੇ ਟਰੈਕਟਰ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਬਈ, ਹੈ ਨਾ, ਹਾਂਜੀ। ਇਹ ਸਾਰਾ ਇਹਦਾ ਉਹ ਕਰਾਤਾ ਤੁਸੀਂ, ਮਤਲਬ ਇਹਦਾ 65 ਬਾਈ ਜਿਵੇਂ ਆਪਾਂ ਕਹਿ ਦਿੰਦੇ, 75 ਦਾ, 75 ਬਾਈ, 5 ਦਾ ਬੋਰ ਵਾਲਾ, 105 ਦਾ ਬੋਰ, 105 ਦਾ। ਇਹ ਮਾਡਲ ਕਿਹੜਾ ਬਾਈ? ਇਹ 83 ਹੈ ਜੀ, 83 ਮਾਡਲ ਆ ਇਹਦਾ। ਲੋ ਸਪੀਡ ਹੈ ਨਾ ਬਾਈ? ਹਾਂ, ਸਲੋ ਸਪੀਡ ਹੀ ਰੱਖਿਆ, ਸਲੋ, ਜਿਵੇਂ ਇਹਦੇ ਵੀ ਸਲੋ ਸੀ ਰੱਖਿਆ ਵੀ ਸਲੋ। ਹਾਂ ਬਾਈ, ਇੱਧਰ ਆਈ, ਹੈ ਨਾ, ਸੁਖਜਿੰਦਰ ਵੀ ਆ ਦਿਖਾਈ, ਹੈ ਨਾ। ਅਤੇ ਜਿਵੇਂ ਆਹ ਰੰਗ ਦੇ ਵਿੱਚ ਹੀ ਆਏ ਸੀ ਦੋਸਤੋ, ਆਹ ਜਿਵੇਂ ਪਹਿਲਾਂ ਵਾਲੇ ਓਰੀਜਨਲ ਕਲਰ ਵੀ ਇਹੀ ਸੀ, ਔਰੇਂਜ ਤੇ ਯੈਲੋ ਬਾਈ। ਹਾਂ ਬਾਈ, ਉਵੇਂ ਹੀ ਰੱਖਿਆ ਹੋਇਆ, ਉਵੇਂ ਰੱਖਿਆ, ਉਵੇਂ ਰੱਖਿਆ ਹੋਇਆ, ਅੱਛਾ, ਕਲਰ ਚੇਂਜ ਨਹੀਂ ਕੀਤਾ, ਬਲੈਕ ਜਾਂ ਸਿਲਵਰ। ਹੁਣ ਬਾਕੀ ਸਹੂਲਤਾਂ ਸਾਰੀਆਂ ਨਵੇਂ ਟਰੈਕਟਰ ਵਾਲੀਆਂ ਦੇ ਦਿੱਤੀਆਂ ਸੀ, ਜਿਵੇਂ ਆਪਣੀਆਂ ਤੁਸੀਂ ਪਾਵਰ ਸਟੀਅਰਿੰਗ ਹੋ ਗਿਆ ਬਾਈ, ਟਾਇਰ ਅਪਗ੍ਰੇਡੇਸ਼ਨ ਲਾ ਲਓ, ਠੀਕ ਹੈ ਬਾਈ, ਰੇਡੀਅਲ ਟਾਇਰ ਪਾਤੇ, ਤੇ ਸਪੀਡ ਸਲੋ ਹੀ ਰੱਖੀ ਆ,
ਸਪੀਡ ਗੇਅਰਾਂ 'ਚ ਚੇਂਜ ਨਹੀਂ ਕਰਿਆ? ਨਹੀਂ ਉਹ ਚੇਂਜ ਨਹੀਂ ਕੀਤਾ, ਸਾਨੂੰ ਇਹ ਸੀ ਵੀ ਚੱਲ ਜਿਵੇਂ ਆਇਆ ਉਵੇਂ ਹੀ ਰੱਖਣਾ, ਉਵੇਂ ਉਵੇਂ ਤਿਆਰ ਕਰਨਾ, ਅਤੇ ਹਾਈਵੇ 'ਚ ਵਧੀਆ ਚੱਲੇ ਜਾਂਦਾ? ਹਾਂ ਹਾਈਵੇ 'ਚ ਵਧੀਆ ਚੱਲੇ ਜਾਂਦਾ ਬਾਈ, ਠੀਕ ਹੈ ਬਾਈ, ਉਹ ਨਹੀਂ ਕੋਈ ਪ੍ਰੋਬਲਮ ਹੈ। ਅਗਲੇ ਟਾਇਰ ਤਾਂ BKT ਦੇ ਆ ਚੱਲਦੇ 10, ਹਾਂ 1000 10 16 ਵਾਲੇ, 10 16 ਵਾਲੇ, ਹਾਂਜੀ। ਬਾਕੀ ਇਹਦੇ ਨਾਲ ਤਾਂ ਬਾਈ ਭੜਕਾਉਂਦਾ ਹੀ ਨਹੀਂ ਹੋਣਾ, ਨਹੀਂ ਨਹੀਂ ਭੜਕਾਵਾਂ। ਰੇਡੀਅਲ ਟਾਇਰ ਨਾਲ ਬਾਈ ਇਹ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਵੀ ਇੱਕ ਤਾਂ ਉੱਚਾ ਹੋ ਗਿਆ ਟਰੈਕਟਰ, ਇੱਕ ਜਿਵੇਂ ਹੁਣ ਚੱਲਦਾ ਸੜਕ 'ਤੇ ਜਾਂ ਹੁਣੇ ਜਾਂਦੇ ਹਾਂ ਹੰਪ ਨਹੀਂ ਆਉਂਦਾ ਜੀ, ਰੇਡੀਅਲ ਨਾਲ ਖਿਚਾਈ ਵੀ ਚੰਗੀ ਕਰਦਾ, ਜੋਰ ਵੀ ਜਿਵੇਂ ਹੁਣ ਟਰੈਕਟਰ ਵੱਡਾ ਹੋ ਗਿਆ, ਵੱਡਾ ਹੋ ਗਿਆ ਨਾ ਬਾਈ, ਅਗਲੇ ਟਾਇਰ ਵੱਡੇ ਹੋ ਗਏ, ਖਿਚਾਈ ਵੀ ਚੰਗੀ ਕਰਦਾ। ਅਤੇ ਬਈ ਹੁਣ ਤਾਂ ਦੇਖਿਆ ਬਾਹਰ ਵਾਲੇ ਤਾਂ ਜ਼ਿਆਦਾ ਕਹਿ ਦਿੰਦੇ ਵੀ ਆਪਾਂ ਨੂੰ ਤਾਂ ਸਾਈਲੈਂਟ ਜਿਹਾ ਟਰੈਕਟਰ ਚਾਹੀਦਾ ਹੈਗਾ, ਚਲੋ 9-11 ਆਪਾਂ ਇੱਕ ਸ਼ੌਂਕ ਨੂੰ ਰੱਖ ਲਿਆ, ਅਤੇ ਕੋਈ ਹੋਰ ਟਰੈਕਟਰ ਲੈਣ ਬਾਰੇ ਸੋਚਿਆ ਕਿ ਇਹੀ ਚੰਗਾ ਲੱਗਦਾ ਵੀ ਵਧੀਆ ਚੀਜ਼ ਲੱਗੀ ਹੈ ਬਈ? ਹੁਣ ਐਂ ਤੱਕ ਆਪਾਂ ਛੋਟਾ ਕੰਮ ਵਾਸਤੇ ਆਸ਼ਾ ਵੀ ਰੱਖਿਆ ਹੋਇਆ ਹੈ, ਜਾਂ ਹੁਣ ਅਸੀਂ ਚੇਂਜ ਕਰਕੇ ਕੋਈ ਹੋਰ ਵੱਡਾ ਟਰੈਕਟਰ ਵੀ ਲੈਣਾ ਠੀਕ ਹੈ ਟਾਈਮ ਤੱਕ ਜੀ, ਅਤੇ ਪਰ ਇਹ ਅਖੀਰ ਉਹਦੇ ਅੱਖਣ ਵਾਂਗੂ ਜਿਹੜਾ ਇਹਦੇ ਨਾਲ ਪਿਆਰ ਹੈ ਜਾਂ ਇਹਦੇ 'ਤੇ ਬਹਿ ਕੇ ਜਿਹੜੀ ਫੀਲ ਆਉਂਦਾ ਹੈ ਨਾ, ਉਹ ਕਿਸੇ ਹੋਰ ਟਰੈਕਟਰ 'ਤੇ ਨਹੀਂ ਆਉਂਦਾ ਹੈ ਨਾ। ਸਾਰੇ ਟਰੈਕਟਰ ਵੀ ਵੈਸਟ ਵੇਖ ਲਏ, ਚਲਾ ਵੀ ਲਏ, ਜੋਨ ਡੀਅਰ ਵੀ ਚਲਾ ਲਿਆ, ਨਿਊ ਹੋਲੈਂਡ ਵੀ ਦੇਖ ਲਿਆ ਹੈ ਨਾ, ਪਰ ਜਿਵੇਂ ਹੁਣ ਇਹ ਲੰਮਾ ਐਡਾ ਲੰਬਾਈ ਕਹਿ ਲਓ, ਇੰਨਾ ਲੰਮਾ ਟਰੈਕਟਰ, ਲੰਮਾ ਟਰੈਕਟਰ ਕੋਈ ਅੱਜ ਦੇ ਟਾਈਮ ਪੰਜਾਬ 'ਚ ਵੈਸੇ ਆਉਂਦਾ ਨੀਗਾ, ਕੋਈ ਪਿੱਛੇ ਨੂੰ ਇਹ ਨੀਗਾ ਵੀ ਤੁਸੀਂ ਚਲਾ ਰਹੇ ਹੋ ਤੁਹਾਡੇ ਪੈਰ ਮੱਚ ਰਹੇ ਆ, ਕੋਈ ਇੰਜਨ ਗਾਰਡ ਦੀ ਲੋੜ ਨਹੀਂ ਹੈਗੀ ਹੈ ਨਾ, ਆਹ ਇੰਜਨ ਪਿਆ ਇੰਨੀ ਟੈਂਕੀ ਸਨ ਚ ਆ ਗਈ ਹੈ ਨਾ, ਪਈ ਆ ਆਹ ਚੀਜ਼ਾਂ, ਜਿਵੇਂ ਹੁਣ ਰੇਸ ਲਾਉਣੇ ਆ ਪਹਿਲਾਂ ਹੀ ਰੇਸ ਇੱਥੇ ਆਉਂਦੀ ਸੀ, ਆਹ ਚੀਜ਼ਾਂ ਜੀ ਜੀ, ਡਬਲ ਕਲੱਚ, ਉਹ ਸਾਰੀਆਂ ਚੀਜ਼ਾਂ PTO ਜਿਹੜੀਆਂ ਅੱਜ ਦੇ ਟਰੈਕਟਰ 'ਚ ਆਉਂਦੀਆਂ, ਇਹ ਉਦੋਂ 83 'ਚ ਇਹ ਸਹੂਲਤਾਂ ਦਿੱਤੀਆਂ ਹੋਈਆਂ ਸੀ, ਉਹ ਸਾਰੀਆਂ ਸਹੂਲਤਾਂ ਮਤਲਬ ਇਹ 'ਚ ਮਿਲ ਗਈਆਂ ਨਾ, ਇਹ 'ਚ ਸੀਗੀਆਂ। ਸੋ ਇਹਦੇ ਕਰਕੇ ਕਦੇ ਲੱਗਿਆ ਮਹਿਸੂਸ ਹੀ ਨਹੀਂ ਆਇਆ ਵੀ ਯਾਰ ਆਪਾਂ ਨੂੰ ਕੋਈ ਵੱਡਾ ਟਰੈਕਟਰ ਜਾਂ ਹੋਰ ਬਦਲਣਾ ਚਾਹੀਦਾ। ਸਹੀ ਗੱਲ ਆ ਬਾਈ, ਇਹ ਪਿਛਲੇ ਟਾਇਰ ਵੀ ਮਤਲਬ ਦੂਜੇ ਪਾਏ ਹੈ ਨਾ ਰੇਡੀਅਲ ਬਾਈ? ਹਾਂ ਇਹ ਵੀ ਰੇਡੀਅਲ ਹੀ ਆ ਬਾਈ, ਹਾਂ 85 ਹੈਗੇ ਆ, ਇਹ BKT ਦੇ ਆ, ਇਹ ਵੀ 16-9-28 ਵਾਲੀ ਹੈ, 16-9-28 ਪਰ ਹੈ ਰੇਡੀਅਲ, ਹਾਂਜੀ। ਇਹਦੇ ਨਾਲ ਤਾਂ ਪਕੜ ਕਾਫੀ ਬਣ ਜਾਂਦੀ ਹੈ ਨਾ ਬਾਈ, ਬਟ ਜ਼ੋਰ ਬਾਈ ਇਹਨਾਂ ਚੀਜ਼ਾਂ ਨਾਲ ਹੀ ਲੱਗਣਾ ਨਾ ਟਰੈਕਟਰ ਦਾ, ਜਦੋਂ ਹਾਰਸ ਪਾਵਰ ਵੱਧ ਗਈ ਤਾਂ ਹੀ ਅਸੀਂ ਇਹਦੇ ਵੇਟ ਨਹੀਂ ਪਾਈ, ਵੇਟ ਲਾ ਕੇ ਰੱਖੇ ਹੋਏ ਆ, ਵੇਟ ਤਾਂ ਕਰਕੇ ਥੋੜਾ ਜਿਆਦਾ ਹੋ ਜਾਣਾ ਨਾ, ਨਹੀਂ ਟਰੈਕਟਰ ਤੇ ਲੋਡ ਜ਼ਿਆਦਾ ਪੈਂਦਾ, ਰੇਡੀਅਲ ਟਾਇਰ ਨਾਲ ਹੀ ਜ਼ੋਰ ਬਹੁਤ ਲੱਗਦਾ, ਹਾਂ ਪਕੜ ਜ਼ਿਆਦਾ ਬਣ ਜਾਂਦੀ ਹੈ ਨਾ, ਜਿਹੜੇ ਮਤਲਬ ਵੇਟ ਤਾਂ ਜਿਵੇਂ ਓਰੀਜਨਲ ਟਾਇਰ 16-9-28 ਦੇ ਦੂਜੇ, ਹਾਂਜੀ, ਫਿਰ ਉਹਦੇ ਨਾਲ ਵੇਟ ਲਾਏ ਹੁਣ ਫਿਰ ਉਹ ਸਹੀ ਆਉਂਦਾ, ਹਾਂ ਬਿਲਕੁਲ, ਨਹੀਂ ਤਾਂ ਫਿਰ ਟਰੈਕਟਰ ਲੋਡ ਵੀ ਮੰਨਦਾ ਵੈਸੇ ਜੀ, ਤੇ ਇਹਦੇ ਨਾਲ ਜ਼ੋਰ ਵੀ ਪੂਰਾ ਲਾਉਂਦਾ। ਡੈਕ ਨਹੀਂ ਲਾਇਆ ਬਈ ਵੱਡਾ ਤੁਸੀਂ? ਨਹੀਂ ਵੱਡਾ ਨਹੀਂ ਲਾਇਆ, ਇਹ ਵੀ ਸਿਰਫ ਮੇਰੇ ਬੇਟੇ ਕਰਕੇ ਆ, ਛੋਟੇ ਸਪੀਕਰ ਤੇ ਉਹ ਲਾਇਆ, ਕਿਉਂਕਿ ਉਹ ਜਦੋਂ ਬਹਿ ਜਾਂਦਾ ਉਹਨੂੰ ਐਂ ਹੁੰਦਾ ਵੀ ਕੁਛ ਨਾ ਕੁਛ ਲੱਗਿਆ ਹੋਵੇ, ਹਾਂਜੀ, ਬਸ ਇਹ ਵੀ ਅਸੀਂ ਵੈਸੇ ਚਲਾਇਆ ਵੀ ਨਹੀਂ ਕਦੇ, ਠੀਕ ਹੈ ਬਾਈ, ਤੇ ਬਾਕ ਨੂੰ ਉੱਪੀ ਲਾ ਲਈ ਸੀ, ਇਹਦੇ ਵਿੱਚ ਛੋਟਾ ਸਟੀਰੀਓ ਲਾਇਆ, ਉਹ ਬੇਟੇ ਕਰਕੇ ਲਾਇਆ ਸੀਗਾ, ਉਹ ਬੈਠਾ ਹੁੰਦਾ ਕਦੇ ਜਾਂ ਉਹਨੂੰ ਵੀ ਐਂ ਹੁੰਦਾ ਵੀ 9-11, ਜਾਂ ਉਹ ਹੱਸਦਾ ਹੁੰਦਾ ਮੈਂ ਵੀ ਤੂੰ 9-11 ਕੀ ਆਸ਼ਾ ਹੈ ਨਾ, ਹਾਂਜੀ, ਉਹਨੇ ਕਹਿਣਾ ਮੈਂ 9-11 ਤਾਂ ਹੈ, ਤੇ ਉਹ ਚੀਜ਼ ਆ ਵੀ ਉਹਦੇ ਨਾਲ ਇਹਨਾਂ ਚੀਜ਼ਾਂ ਵੀ ਸਾਡੀਆਂ ਬਹੁਤ ਜੁੜੀਆਂ, ਮੇਰੇ ਫਾਦਰ ਦੀਆਂ ਯਾਦਾਂ ਜ਼ਿਆਦਾ ਜੁੜੀਆਂ, ਮੇਰੀਆਂ ਤਾਂ ਇੰਨੀ ਇਹਦੇ ਨਾਲ ਹੈ ਨਹੀਂ, ਕਿਉਂਕਿ ਮੋਸਟਲੀ ਇਹ ਤਾਂ ਅਜਿਹੀਆਂ ਕੋਲ ਹੁੰਦਾ ਸੀਗਾ, ਠੀਕ ਹੈ ਜੀ, ਸੋ ਮੇਰੇ ਫਾਦਰ ਵਾਸਤੇ ਹੀ ਆਪਾਂ ਤਿਆਰ ਕਰਾਇਆ ਸੀਗਾ ਜੀ, ਉਹਨਾਂ ਦੇ ਫਾਦਰ ਦੀ ਚੀਜ਼ ਸੀ, ਸਭ ਤੋਂ ਵੱਡੀ ਚੀਜ਼ ਇਹ ਜੀ, ਠੀਕ ਹੈ ਜੀ। ਬਾਕੀ ਜਿਹੜੀ ਚੀਜ਼ ਕਹੀ ਵੀ ਆਪਾਂ ਰੰਗ ਤੁਸੀਂ ਹੈ ਨਾ ਜਿਵੇਂ 83 ਦੇ ਵਿੱਚ ਆਇਆ ਸੀਗਾ, ਹਾਂਜੀ, ਉਵੇਂ ਰੱਖਿਆ ਨਾ ਸਾਰਾ, ਹਾਂ, ਔਰੇਂਜ ਰੰਗ, ਯੈਲੋ ਸ਼ੋਅ ਸਾਰੇ, ਹਾਂ ਸਾਰਾ ਕੁਝ ਉਵੇਂ ਹੀ ਤਿਆਰ ਕੀਤਾ ਸੀਗਾ, ਮੈਂ ਥੋੜੀ ਬਹੁਤੀ ਇਹ ਜਿਵੇਂ ਇੰਡੀਕੇਟਰ ਬਦਲਤੇ, ਲਾਈਟਾਂ ਬਦਲਤੀਆਂ, ਹਾਂ ਉਸ ਸਮੇਂ ਦੇ ਹਿਸਾਬ ਨਾਲ, ਹੁਣ ਕਨੋਪੀ ਲਾਤੀ ਉੱਤੇ, ਬਸੇ ਜੀ, ਹਾਂ ਬਿਲਕੁਲ ਚੀਜ਼ਾਂ, ਉਹ ਜ਼ਿਆਦਾ ਇੱਕ ਇੰਜਨ ਵੱਡਾ, ਸਾਨੂੰ ਇਹ ਸੀ ਵੀ ਚੱਲ ਵਾਈ ਕਰਨੇ ਆ, ਤਾਂ ਹੌਸ ਕਿੰਨੇ ਹਾਲ ਪਾਉਣੇ ਬਾਈ ਫਿਰ ਇਹਦੇ ਮਗਰ? ਇਹਦੇ 13 ਹੀ ਪਾਉਣੇ ਬਾਈ ਆਪਾਂ, 13, ਹਾਂਜੀ, ਠੀਕ ਹੈ। ਤੇ ਬਾਕੀ ਲੋਜਾ ਕਰਕੇ ਸਪੀਡ ਦੇ ਵਿੱਚ ਐਂ ਤਾਂ ਨਹੀਂ ਲੱਗਦਾ ਵੀ ਹੌਲੀ ਤੁਰਦਾ? ਨਹੀਂ ਆ, ਤੁਹਾਨੂੰ ਸ਼ੁਰੂ ਸ਼ੁਰੂ 'ਚ ਤਾਂ ਲੱਗਦਾ ਹੋਊਗਾ ਵੀ ਜਦੋਂ ਆਪਾਂ ਚਲਾਉਂਦੇ ਹਾਂ, ਪਰ ਮੈਂ ਮੋਸਟਲੀ ਹੁਣ 14 ਸਾਲ ਬਾਅਦ ਚਲਾਇਆ ਹੀ ਇਹ, ਮੈਨੂੰ ਮਹਿਸੂਸ ਨਹੀਂ ਹੁੰਦਾ, ਓਕੇ, ਪਰ ਜਦੋਂ ਜਿਹੜੀ ਜਵਾਬ ਵਾਈ ਕਰਦੇ ਹਾਂ ਉਹ ਤਾਂ ਹਾਈ 'ਚ ਹੀ ਹੁੰਦੀ ਆ ਜੀ, ਸਲੋਅ 'ਚ ਤਾਂ ਮੈਨੂੰ ਲੱਗਦਾ ਅੱਜ ਤੱਕ ਅਸੀਂ ਕਦੇ ਕੋਈ ਪਾ ਕੇ ਨਹੀਂ ਵੇਖਿਆ ਹੋਣਾ ਜਾਂ ਚਲਾਇਆ ਹੀ ਨਹੀਂ ਹੋਣਾ, ਮਾੜਾ ਮੋਟਾ ਕਿਸੇ ਨੇ 5-10 ਮਿੰਟ ਚਲਾਇਆ ਹੋਵੇ ਤਾਂ। ਅੱਛਾ ਬਈ, ਹੁਣ ਤੱਕ ਤੁਸੀਂ ਇਹ ਟਰੈਕਟਰ, ਮੈਂ ਇੱਕ ਕੁਐਸਚਨ ਹੀ ਪੁੱਛਣਾ ਹੈ ਨਾ, ਹਾਂਜੀ, ਤੁਹਾਡੇ ਲਈ ਇੱਕ ਨਵੀਂ ਚੀਜ਼ ਸੀਗੀ 9-11, ਹਾਂਜੀ,
ਵੀ ਤੁਸੀਂ ਇਹ ਤੋਂ ਆਏ ਮਤਲਬ ਖੇਤੀ ਵਾਲਾ ਸ਼ੁਰੂ ਕੀਤਾ ਕੰਮ ਹੈ ਨਾ, ਮੈਨੂੰ ਆਮ ਮੋਸਟਲੀ ਕਹਿ ਦਿੰਦੇ ਆ ਵੀ ਇਹ ਤਾਂ ਚਾਉਂਦੇ ਰਹਿੰਦੇ ਆ ਰਿਪੇਅਰ ਵੱਧ ਆ, ਵੀ ਤੁਹਾਨੂੰ ਕਿੰਨੀ ਕੁ ਲੱਗੀ ਰਿਪੇਅਰ ਬਾਈ ਦੋ ਸਾਲਾਂ ਦੇ? ਦੇਖੋ ਹੁਣ ਜਦੋਂ ਹਾਥੀ ਰੱਖਣੇ ਪੈਂਦੇ ਨਾ ਘਰੇ, ਬੂਹਾ ਵੀ ਵੱਡਾ ਰੱਖਣਾ ਪੈਂਦਾ, ਹੁਣ ਇਹ ਤਾਂ ਹੈ ਨੀ ਗਾ ਵੀ ਇਹਨੂੰ ਤਿਆਰ ਕਰਾ ਤਾ 10-11 ਲੱਖ ਲਾਤਾ ਤੇ ਉਦੋਂ ਬਾਅਦ ਰਿਪੇਅਰ ਨੀ ਹੋਈ, ਹਨਾ। ਰਿਪੇਅਰ ਹੁੰਦੀ ਹੈ ਜਦੋਂ ਤੁਸੀਂ ਕੋਈ ਚੰਗੀ ਚੀਜ਼ ਚਲਾਉਣੀ, ਉਹਦੀ ਰਿਪੇਅਰ ਹੈਗੀ ਹੈਗੀ ਹੈ ਜੀ। ਚਾਹੇ ਤੁਸੀਂ ਫੋਰ ਐਗਜ਼ਾਮਪਲ ਕੋਈ ਜਰਮਨ ਦੀ ਕਾਰ ਲੈਂਦੇ ਹੋ, ਸੋ ਇਹ ਜਰਮਨ ਦੀ ਕਾਰ ਵਾਲਾ ਗੱਲ ਹੈ ਵੀ ਇਹ ਚੱਲਦਾ ਵੀ ਹੈ, ਤੁਹਾਨੂੰ ਮਜ਼ਾ ਵੀ ਆਉਂਦਾ, ਥੋੜ੍ਹੀ ਬਹੁਤੀ ਰਿਪੇਅਰ ਹੈਗੀ। ਜੇ ਉਹ ਮੰਨ ਲਓ ਸਾਲ ਦੀ ਦੂਜਾ ਟਰੈਕਟਰ ਕੋਈ 10,000 ਦੀ ਰਿਪੇਅਰ ਲੈਂਦਾ, 12-15 ਦੀ ਲੈ ਲੈਂਦਾ, ਪਰ ਚੋਂਦਾ ਅਜੇ ਤੱਕ ਅਸੀਂ ਚੋਂਦਾ ਨਹੀਂ ਵੇਖਿਆ ਵੀ ਇਹ ਚੋਂਦਾ ਜਾਂ ਕੋਈ ਚੀਜ਼ ਹੈ, ਉਹ ਕੰਮ ਨਹੀਂ ਇਹ ਚ ਸਾਨੂੰ। ਉਹ ਫਿਰ ਐਂ ਕਹਿ ਲਈ ਕਿਸੇ ਮਿਸਤਰੀ ਮਾੜਾ ਟੱਕਰ ਗਿਆ ਜਾਂ ਕੰਮ ਹੀ ਚੱਜ ਨਾਲ ਨਾ ਕਰਾਇਆ, ਚੱਲ ਮੈਂ ਕੰਮ ਕਰਤਾ, ਚੱਲ ਮੈਂ ਕੰਮ ਕਰਤਾ, ਉਹ ਚੀਜ਼ ਹੈ। ਪਰ ਉਹ ਸਾਨੂੰ ਇਹ ਚ ਅਜੇ ਤੱਕ ਕੋਈ ਮੈਜੋਰਿਟੀ ਕੋਈ ਵੱਡੀ ਕੰਪਲੇਂਟ ਨਹੀਂ ਆਈ। ਹਾਂਜੀ, ਬਸ ਇਹ ਚ ਜਦੋਂ ਅਸੀਂ ਲਿਆ ਸੀਗਾ, ਕਿਸੇ ਨੇ ਇਹਦੇ ਚ ਆਪਣੇ ਰੇਡੀਏਟਰ ਚ ਬੂਰਾ ਪਾਤਾ ਸੀਗਾ, ਇੱਥੇ ਘਰੇ ਸਾਡੇ ਸ਼ਰਾਰਤ ਕਰਤੀ ਸੀ ਕਿਸੇ ਬੰਦੇ ਨੇ ਸਪੈਸ਼ਲੀ, ਇਹ ਲਿਆਂਦਾ ਸੀਗਾ ਜੀ। ਤੇ ਮੈਨੂੰ ਲੱਗਦਾ ਮੈਂ ਗਿਆ ਸੀ ਕੈਨੇਡਾ, ਉਦੋਂ 10-5-7 ਦਿਨਾਂ ਬਾਅਦ ਹੀ ਸਾਨੂੰ ਪਤਾ ਲੱਗਿਆ ਸੀ ਜੀ। ਐਕਚੁਅਲ ਕੀ ਸੀਗਾ, ਇਹ ਜਿਹੜਾ ਰੇਡੀਏਟਰ ਆ ਸਾਰਾ ਉਹਦੇ ਨਾਲ ਭਰਤਾ ਸੀ, ਲੱਕੜ ਦੇ ਬੂਰੇ ਨਾਲ ਪੂਰੀ ਨਾਲ ਭਰਤਾ ਸੀਗਾ, ਚੋਕ ਹੋ ਜੇ, ਚੋਕ ਹੋ ਗਿਆ ਇਸ ਟਰੈਕਟਰ, ਐਕਚੁਅਲੀ ਚੋਕ ਹੋ ਗਿਆ ਸੀਗਾ। ਤੇ ਜਦੋਂ ਚਲਾਉਂਦੇ ਸੀ ਜਾਂ ਹਲ ਪਾਉਂਦੇ ਸੀ, ਸੂਈ ਚੱਕ ਲੈਂਦਾ ਗਰਮ ਹੁੰਦਾ ਸੀਗਾ, ਤੇ ਸਾਨੂੰ ਸਮਝ ਨਹੀਂ ਸੀ ਆਉਂਦੀ ਵੀ ਪੰਗਾ ਕੀ ਹੈ। ਅਸੀਂ ਇੰਜਨ ਵੀ ਪਟਾ ਇਹਦਾ, ਤੁਸੀਂ ਇਹ ਲਾ ਲਓ ਆ ਰੰਗ ਰੁੰਗ ਜਿਹੜਾ ਲੱਥਿਆ ਸਾਰਾ ਉਦੋਂ ਹੀ ਲੱਥਿਆ ਜੀ, ਵਾਟਰ ਬਾਡੀ ਚੇਂਜ ਕਰ ਸਾਰਾ ਕੁਛ, ਮਤਲਬ ਇਹਦੀ ਚੀਜ਼ਾਂ ਚੇਂਜ ਕਰੀਏ, ਪਰ ਉਹ ਹੱਲ ਨਹੀਂ ਹੋਇਆ ਰੇਡੀਏਟਰ ਵਾਲੇ ਧਿਆਨ ਨਹੀਂ। ਹਾਂ, ਰੇਡੀਏਟਰ ਸਾਡਾ ਧਿਆਨ ਹੀ ਨਹੀਂ, ਰੇਡੀਏਟਰ ਕਿਸੇ ਨੇ ਚੋਕ ਕਰਤਾ ਜਾਂ ਕਿਸੇ ਨੇ ਕੁਛ ਪਾਤਾ ਉਹਦੇ 'ਚ। ਫਿਰ ਐਕਚੁਅਲ ਕੀ ਹੋਇਆ ਵੀ ਅਸੀਂ ਕਿਹਾ ਚੱਲ ਰੇਡੀਏਟਰ ਵੱਡਾ ਲਾ ਕੇ ਵੇਖੀਏ। ਜਦੋਂ ਰੇਡੀਏਟਰ ਅਸੀਂ ਖਿਲਾ ਕੇ ਇਹਦੇ ਵੱਡਾ ਲਾਇਆ, ਤੇ ਜਦੋਂ ਉਹਦਾ ਫੋਨ ਆਇਆ ਰੇਡੀਏਟਰ ਵਾਲੇ ਦਾ, ਉਹ ਕਹਿੰਦਾ ਬਾਈ ਵੀ ਤੁਹਾਡਾ ਟਰੈਕਟਰ ਤਾਂ ਗਰਮ ਹੋਣਾ ਹੀ ਸੀਗਾ, ਰੇਡੀਏਟਰ ਤੁਸੀਂ ਭਲਾ ਛੋਟਾ ਹੀ ਲਾ ਲਾ ਸੀਗਾ, ਕੀ ਕਿਉਂ ਕੀ ਹੋ ਗਿਆ? ਹੁਣ ਸਾਨੂੰ ਫੋਟੋ ਭੇਜੀਆਂ, ਅੰਦਰੋਂ ਸਾਰਾ ਤੂੜੀ ਨਾਲ ਭਰਿਆ ਪਿਆ ਸੀ ਕਿਉਂਕਿ ਗਰਮ ਹੋ ਹੋ ਕੇ ਮਤਲਬ ਕਾਲਸ ਬਣ ਗਈ ਸੀ ਇਹਦੇ 'ਚ। ਅਤੇ ਅਸਲ ਮੈਂ ਜਿਹਨੇ ਵੀ ਸ਼ਰਾਰਤ ਕੀਤੀ ਸੀ ਉਹਨੂੰ ਇਹ ਸੀ ਵੀ ਟਰੈਕਟਰ ਨੂੰ ਅੱਗ ਲੱਗ ਜੇ ਜਾਂ ਮਾੜਾ ਸੋਚ, ਮਾੜਾ ਸੋਚਿਆ ਜਾਂ ਜਿਹੜਾ ਉੱਤੇ ਕੋਈ ਬੰਦਾ ਚਲਾਉਂਦਾ ਉਹਨੂੰ ਨੁਕਸਾਨ ਹੋ ਜੇ ਜਾਂ ਟਰੈਕਟਰ ਦਾ ਨੁਕਸਾਨ ਹੋ ਜੇ, ਜਿਵੇਂ ਆਪਣੇ ਪਿੰਡ 'ਚ ਆਪਾਂ ਕਹਿ ਦਿੰਦੇ ਵੀ ਸ਼ਰੀਕੇ ਬਾਜੀ ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ ਵੀ ਜਾਣ ਬੁੱਝ ਕੇ ਵੀ ਨੁਕਸਾਨ ਕਰਨ ਵਾਸਤੇ। ਸੋ ਉਦੋਂ ਸਾਨੂੰ ਪ੍ਰੋਬਲਮ ਆਈਆਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਕੀ ਟਰੈਕਟਰ ਨੂੰ ਹੁੰਦਾ ਕੀ ਵੀ ਕੀ ਚੱਕਰ ਵੀ ਉਹ ਜਿਹੜੀਆਂ ਮੈਂ ਪੁੱਛ ਰਿਹਾ ਬਈ ਹਨਾ, ਜਿਵੇਂ ਨਿੱਕੀ ਮੋਟੀ ਲੀਕ ਹੋ ਗਿਆ, ਖੜ ਗਿਆ, ਰਿਪੇਅਰ ਤੇ ਲੱਗਿਆ ਰਹਿੰਦਾ ਵੀ ਲੱਗਿਆ ਤੁਹਾਨੂੰ? ਨਹੀਂ ਉਹ ਕੰਮ ਨਹੀਂ ਹੈਗਾ, ਪਰ ਇਹ ਹੈ ਵੀ ਤੁਸੀਂ ਇਹ ਸਾਲ 'ਚ ਜੇ ਉਹ ਇੱਕ ਵਾਰੀ ਮਿਸਤਰੀ ਕੋਲ ਜਾਂਦਾ ਹਨਾ, ਇਹ ਦੋ ਵਾਰੀ ਜ਼ਰੂਰ ਜਾਂਦਾ ਹੋਊਗਾ, ਇਹ ਨਹੀਂ ਹੈਗਾ। ਪਰ ਇਹ ਉਹ ਕਹਿੰਦੇ ਹੁੰਦੇ ਵੀ ਇੱਕ ਇਹ ਤਾਂ ਰਾਤੀ ਚੀਜ਼ ਹੈ, ਕਹਿ ਲਈਏ ਨਾ, ਬਹਿ ਕੇ ਜਦੋਂ ਚਲਾਉਣੇ ਆ ਤੁਸੀਂ, ਤੁਹਾਨੂੰ ਜਿਹੜਾ ਫੀਲ ਆਉਂਦਾ ਉਹ ਕਿਸੇ ਟਰੈਕਟਰ 'ਚ ਨਹੀਂ ਆਉਂਦਾ, ਇਹਦੇ 'ਚ ਹੀ ਆਊਗਾ, ਇਸੇ 'ਚ ਹੀ ਆਊਗਾ, 11-11 ਜੀ ਆਊਗਾ। ਹਾਂ, ਉਹ ਮੈਂ ਨਾ ਅੱਜ ਗੱਲ ਪੂਰੀ ਕਰਦਾ, ਇੱਕ ਮੈਂ ਆਪਦੇ ਲਈ ਟਰੈਕਟਰ ਦੀ ਵੀਡੀਓ ਬਣਾਈ ਹੈ ਨਾ, ਉਦੋਂ ਲਾਈਨ ਭੁੱਲ ਗਿਆ, ਇਹ ਵਾਕਈ ਬਾਈ 389 ਟਰੱਕ ਆ ਪੀਟਰਬਿਲਟ ਦਾ, ਉਹਦੀ ਹੁੱਡ ਆ ਜਿਹੜੀ ਮਤਲਬ ਆਪਾਂ ਬੋਨਟ ਕਹਿ ਲਈਏ, ਛੋ ਕਹਿ ਲਈਏ, ਪੈਂਦਾ ਨਾ ਭੁਲੇਖਾ, ਉਹ ਲੰਮਾ ਬਹੁਤ ਆ, ਲੰਮਾ ਬਹੁਤ ਆ। ਹਾਂ, ਲੰਮਾ ਬਹੁਤ, ਇਹ ਮਤਲਬ ਲੰਬਾਈ ਮੰਨਦੇ ਵੀ ਇੰਨੀ ਕੁ ਹੋਣੀ ਚਾਹੀਦੀ ਹੈ ਟਰੈਕਟਰ ਦੀ ਹੋਣ ਵਾਲੀ? ਅੱਜ ਦੇ ਟਾਈਮ ਕਿਸੇ ਟਰੈਕਟਰ ਦੀ ਵੀ ਇੰਨੀ ਲੰਬਾਈ ਹੈ ਨਹੀਂ, ਇਹਦਾ ਫਾਇਦਾ ਵੀ ਹੈ ਨਾ ਬਾਈ, ਫਾਇਦਾ ਬਾਈ ਬਹੁਤ ਹੈ, ਤੁਸੀਂ ਜਦੋਂ ਚਲਾਉਣੇ ਹੋ ਅੱਕਦੇ ਨਹੀਂ, ਸੇਕ ਨਹੀਂ ਪਿੱਛੋਂ ਤੱਕ ਜਾਂਦਾ ਹਨਾ, ਜੇ ਮੰਨ ਲਓ ਕੋਈ ਟੁੱਟ ਭੱਜ ਹੁੰਦੀ ਹੈ ਕੋਈ ਚੀਜ਼ ਹੈ, ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ, ਲੀਕ ਹੁੰਦੀ ਹੈ ਤੁਹਾਨੂੰ ਦਿਸਦੀ ਹੈ ਜੀ, ਕਿਉਂਕਿ ਥਾਂ ਵਾਇਆ ਜ਼ਿਆਦਾ ਹੈ ਜੀ, ਅਤੇ ਉਹ ਚੀਜ਼ਾਂ ਤੁਹਾਨੂੰ ਸਾਰੀਆਂ ਪਤਾ ਲੱਗਦੀਆਂ, ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਦੀਆਂ ਕਿਉਂਕਿ ਉਹ ਨੇੜੇ ਨੇੜੇ ਜੇ ਹੁੰਦਾ ਸਾਰਾ ਕੁਝ, ਨੇੜੇ ਨੇੜੇ ਜੇ ਜਦੋਂ ਬੰਦਾ ਉੱਤਰ ਕੇ ਵੇਖਣਾ ਫਿਰ ਪਤਾ ਲੱਗਦਾ ਵੀ ਆਹ ਚੀਜ਼ ਹੋ ਗਈ। ਅਸੀਂ ਉਦੋਂ ਬਾਈ ਨਿੱਕੇ ਹੁੰਦੇ ਗੱਲਾਂ ਸੁਣਦੇ 69 ਤੇ, ਉਹ ਨਾ
ਜ਼ਿਆਦਾ ਨਹੀਂ ਜਿਵੇਂ ਆਹ ਚੱਲਿਆ ਸੀਗਾ ਉਦੋਂ ਫੋਟੋਆਂ ਆਉਂਦੀਆਂ ਹੁੰਦੀਆਂ ਸੀਗੀਆਂ ਉਹਦੇ ਲਿਖਿਆ ਟਰੈਕਟਰ ਦੇ ਐਂ ਖੜਾ ਮਤਲਬ ਮੁੰਡਾ ਕਹਿੰਦਾ ਲਿਖਿਆ ਸੀ ਕਿ ਜੱਟ ਤੇ 61 ਇਹ ਛੇਤੀ ਮੋੜਿਆ ਨਹੀਂ ਮੁੜਦੇ ਸਹੀ ਗੱਲ ਆ ਐਡਾ ਲੰਮਾ ਹੁੰਦਾ ਛੇਤੀ ਕਿਤੇ ਮੋੜਨਾ ਵੀ ਨਾ ਆਮ ਵੀ ਹੁਣ ਮੰਨ ਲਓ ਅਸੀਂ ਘਰੋਂ ਕੱਢਣਾ ਜੇ ਇਕੱਲਾ ਘਰੋਂ ਕੱਢਣਾ ਤਾਂ ਠੀਕ ਆ ਤੇ ਹੁਣ ਜੇ ਟਰਾਲਾ ਪਾਇਆ ਤਾਂ ਇੱਕ ਵਾਰੀ ਸਾਨੂੰ ਜਿਵੇਂ ਕਹਿੰਦੇ ਜਾਂ ਤਾਂ ਬੈਕ ਕਰਨਾ ਪੈਣਾ ਹਾਂ ਤੇ ਜਾਂ ਸਾਨੂੰ ਬਚਾ ਕੇ ਕੱਢਣਾ ਪੈਣਾ ਵੀ ਬਚਾ ਕੇ ਕੱਢਣਾ ਪੈਣਾ ਕੋਲਾ ਨਾ ਭੰਨ ਗਏ ਇੱਕ ਬਈ ਆਪਾਂ ਹੋਰ ਗੱਲ ਪੁੱਛਦਾ ਆਪਾਂ ਖਾਨੇ ਕੀ ਢਾਬ ਖੜੇ ਹਨ ਹਾਂਜੀ ਇੱਥੇ ਠੇਕਿਆਂ ਦੇ ਕੀ ਰੇਟ ਚੱਲਦੇ ਜ਼ਮੀਨਾਂ ਦੇ ਬਈ ਸਾਡੇ ਜ਼ਮੀਨਾਂ ਦੇ ਰੇਟ ਤਾਂ ਤੁਸੀਂ ਇਹ ਲਾ ਲਓ ਅੱਜ ਦੇ ਟਾਈਮ 40+45+ ਹੈਗਾ ਜ਼ਮੀਨ ਦਾ ਰੇਟ ਰੇਟ ਹਾਂ ਤੇ ਠੇਕੇ ਦਾ ਬਈ ਠੇਕੇ ਦਾ ਤੁਸੀਂ ਇਹ ਮੰਨ ਕੇ ਚੱਲੋ 86,000 ਤੋਂ ਸ਼ੁਰੂ ਹੋ ਗਏ 1,01,000 ਤੱਕ ਹੈਗਾ 1,00,000 ਤੱਕ ਜਾਂਦਾ ਹਾਂ 1,00,000 ਤੱਕ ਤੇ ਤੁਹਾਡੇ ਹਿਸਾਬ ਨਾਲ ਬਈ 100,000 ਰੁਪਏ ਦੇ ਹਿਸਾਬ ਨਾਲ 80 ਤੋਂ ਲੈ ਕੇ ਹਨਾ ਜੇ ਆਪਾਂ ਲੈਣੇ ਵੀ ਆ ਤਾਂ ਉਹ ਫਿਰ ਜ਼ਮੀਨਾਂ ਇਹੋ ਜਿਹੀਆਂ ਚੰਗੀਆਂ ਜਾਂ ਝੋਨਾ ਵਧੀਆ ਹੋ ਜਾਂਦਾ ਜ਼ਮੀਨਾਂ ਵੀ ਚੰਗੀਆਂ ਪਾਣੀ ਵੀ ਚੰਗਾ ਬਈ ਸਭ ਤੋਂ ਵੱਡੀ ਚੀਜ਼ ਇਹ ਜ਼ਮੀਨ ਵੀ ਚੰਗੀ ਉਪਜਾਊ ਆ ਪਾਣੀ ਵੀ ਚੰਗਾ ਸਾਡੇ ਕਈ ਵੀ ਸੇਮ ਆਈ ਸੀ ਪਹਿਲਾਂ ਪਾਣੀ ਸਾਡੇ 10 ਫੁੱਟ ਤੇ ਹੀ ਆ ਵੈਸੇ ਠੀਕ ਆ ਬਈ ਇੰਨਾ ਝੋਨਾ ਲੱਗਣ ਦੇ ਬਾਵਜੂਦ ਵੀ ਤੇ ਜਿਹੜੀ ਉਪਜਾਊ ਤਾਂ ਜ਼ਮੀਨ ਦੀ ਉਹ ਬਹੁਤ ਜ਼ਿਆਦਾ ਜਿਵੇਂ ਸਾਡੇ ਬਾਸਮਤੀ ਬਹੁਤ ਹੁੰਦਾ ਮੁੱਛਲ ਬਹੁਤ ਹੁੰਦਾ ਜਾਂ ਹੁਣ ਲੇਟ ਜਿਹੜੀਆਂ ਵਰਾਇਟੀਆਂ ਚੱਲੀਆਂ ਬਾਸਮਤੀ ਦੀਆਂ ਉਹ ਲੋਕ ਲਾ ਰਹੇ ਹਨ ਉਹ ਸਾਰੀਆਂ ਚੀਜ਼ਾਂ ਉਪਜਾਊ ਤਾਂ ਬਹੁਤ ਆ ਜੇ ਮੰਨ ਲਓ ਕੋਈ 90,000 ਤੇ 80,000 ਤੇ ਵੀ ਠੇਕੇ ਤੇ ਸਾਡੇ ਪਿੰਡ ਜ਼ਮੀਨ ਲੈਂਦਾ ਤਾਂ ਉਹਦੇ 'ਚ ਕੋਈ 10-20,000 ਜਿੰਨਾ ਵੀ ਉਹਦਾ ਪ੍ਰੋਫਿਟ ਹੁੰਦਾ ਉਹ ਕੱਢਦਾ ਪਰ ਦੇਖੀਏ ਬਈ 100,000 ਰੁਪਏ 90,000 ਨੂੰ ਠੇਕਾ ਜ਼ਿਆਦਾ ਨਹੀਂ ਇਹ ਥੋੜ੍ਹਾ ਜਿਹਾ ਜ਼ਿਆਦਾ ਬਈ ਅਸਲ ਕੀ ਹੈ ਨਾ ਜਦੋਂ ਜਿਵੇਂ ਜਿਵੇਂ ਜ਼ਮੀਨ ਵੱਧ ਰਹੀ ਹੈ ਜਾਂ ਫਸਲਾਂ ਦੇ ਮੁੱਲ ਵੱਧ ਰਹੇ ਜਾਂ ਪਿਛਲੇ ਸਾਲ ਬਾਸਮਤੀ 5,500-6,000 ਨੂੰ 5-6 ਨੂੰ ਵਿਕਿਆ ਹਨਾ ਜਾਂ ਮੁੱਛਲ ਮਹਿੰਗਾ ਵਿਕਦਾ ਜਿਵੇਂ ਜਿਵੇਂ ਫਸਲ ਮਹਿੰਗੀ ਹੁੰਦੀ ਜਾਂਦੀ ਕਣਕ ਮਹਿੰਗੀ ਹੋ ਗਈ ਉਵੇਂ ਉਵੇਂ ਜ਼ਮੀਨਾਂ ਦੇ ਠੇਕੇ ਰੇਟ ਚੱਕੇ ਜਾਂਦੇ ਬਾਕੀ ਦੂਜੀ ਚੀਜ਼ ਇਹ ਸਾਡੇ ਪਿੰਡ ਰਾਮਨਗਰ ਹੋ ਗਿਆ ਖਾਨੇ ਕੀ ਢਾਬ ਹੋ ਗਿਆ ਝੋਲਡਾ ਹੋ ਗਿਆ ਹਨਾ ਇੱਥੇ ਸ਼ੁਰੂ ਤੋਂ ਹੀ ਆਮ ਪੰਜਾਬ ਨਾਲੋਂ ਜਾਂ ਤੁਸੀਂ ਆਸੇ ਪਾਸੇ ਦੇ ਏਰੀਏ ਨਾਲੋਂ ਹਮੇਸ਼ਾ ਹੀ ਜ਼ਮੀਨਾਂ ਦਾ ਠੇਕਾ ਹਮੇਸ਼ਾ ਹੀ ਤੇ ਵਾਧੂ ਹਾਂ ਜਦੋਂ ਲੋਕਾਂ ਦਾ 50-55 ਹੁੰਦਾ ਜਦੋਂ ਸਾਡਾ 70 ਹੁੰਦਾ ਸੀ 70 ਹੁੰਦਾ ਟਰੈਕਟਰ ਦਿਖਾਉਣਾ ਸੀ ਉਹਨੂੰ ਮੈਂ ਚੱਲ ਇੱਕ ਇਹ ਵੀ ਵੀਡੀਓ ਸਾਂਝੀ ਕਰ ਗਈ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਬਾਈ ਨਾਲ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ 2 ਸਾਲ ਹੋ ਗਏ ਹਾਂ 2 ਸਾਲ ਹੋ ਗਏ ਹਨਾ ਕਿਉਂਕਿ ਟਰੈਕਟਰ ਬਾਰੇ ਵੀ ਗੱਲਬਾਤ ਹੋ ਜਾਂਦੀ ਹੈ ਵੈਸੇ ਵੀ ਹਨਾ ਤੇ ਅੱਜ ਜਾਂ ਬਾਈ ਕੋਲ ਆਏ ਤੇ ਚਲੋ ਇੱਕ ਵੀਡੀਓ ਸ਼ੂਟ ਕਰੀ ਮੈਂ ਚਲੋ ਤੁਹਾਡੇ ਨਾਲ ਵੀ ਸਾਂਝਾ ਕਰੀ ਜਾਣਾ ਇਹ ਚੀਜ਼ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਬਾਈ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਜੀ ਬਿਲਕੁਲ ਸੋ ਧੰਨਵਾਦ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ